इमरान खान ना होया, इंडियन फिल्म वाला डॉन हो गया जिसको पकड़ना मुश्किल ही नहीं नामुमकिन है। इमरान खान ने साल पहले कहा सी कि जे मैनू हुकूमत तो कढ़ दिता तो मैं सड़कां ते आ गया तो मैं इनके लिए और खतरेनाक हो जाऊंगा। दुश्मन हसे कि भाई इमरान खान नू ते खतरनाक भी कहना नहीं आता, हुण पता लगा जे भी खतरनाक ते खतरेनाक च की फर्क हुंदा। ਜਦੋਂ ਦੀ ਖਾਨ ਸਾਹਿਬ ਦੀ ਹਕੂਮਤ ਗਈ ਹੈ ਉਹਨਾਂ ਦੇ ਸਾਰੇ ਦੁਸ਼ਮਣ ਇਹ ਕਹਿੰਦੇ ਰਹੇ ਨੇ ਵੀ ਇਹਨਾਂ ਨੂੰ ਫੜਦੇ ਕਿਉਂ ਨਹੀਂ, ਕੇਸ ਇੰਨੇ ਤਿਆਰ ਨੇ, ਇਹ ਪੱਪੂ ਜਿਹਾ ਸਿਆਸਤਦਾਨ ਹੈ, ਕਦੀ ਜੇਲ੍ਹ ਨਹੀਂ ਗਿਆ, ਦੋ ਦਿਨ ਪੁਲਿਸ ਦੀ ਹਵਾਲਾਤ 'ਚ ਰੱਖੋ, ਇਹਦੇ ਘਰ ਦੀ ਰੋਟੀ ਦੇਸੀ ਮੁਰਗੀ ਸ਼ੁਰਗੀ ਬੰਦ ਕਰੋ, ਇਹਨੂੰ ਨਸ਼ਾ ਪਾਣੀ ਨਹੀਂ ਮਿਲੇਗਾ ਅਤੇ ਇਹਦਾ ਤਰੋਂ ਨਹੀਂ ਖੁੱਲੇਗਾ। ਪਹਿਲੇ ਇਹਦੇ ਖਾਨ ਫੜਿਆ ਹੀ ਨਹੀਂ ਗਿਆ, ਫਿਰ ਆਖਿਰ ਰੇਂਜਰਾਂ ਦੇ ਜੱਥੇ ਨੇ ਥਰੂ ਕੇ ਵੱਡੀ ਅਦਾਲਤੋਂ ਕੱਢਿਆ ਅਤੇ ਡਾਲੇ ਵਿੱਚ ਪਾ ਕੇ ਲੈ ਗਏ। ਲੇਕਿਨ ਖਾਨ ਨੇ ਸਾਬਤ ਕਰ ਛੱਡਿਆ ਪਾਕਿਸਤਾਨ ਵਿੱਚ ਕੋਈ ਐਸੀ ਹਵਾਲਾਤ ਬਣੀ ਨਹੀਂ ਜਿਹੜੀ ਉਹਨੂੰ ਕੈਦ ਰੱਖ ਸਕੇ। ਫੌਜ ਦਾ ਕੈਦੀ ਬਣ ਕੇ ਡਾਲੇ ਵਿੱਚ ਬਹਿ ਕੇ ਗਿਆ ਸੀ, ਅਗਲੇ ਹੀ ਦਿਨ ਕਾਲੀ ਮਰਸਡੀਜ਼ ਵਿੱਚ ਲਾੜੇ ਦੀ ਤਰ੍ਹਾਂ ਵਾਪਸ ਆਇਆ। ਸੁਪਰੀਮ ਕੋਰਟ ਨੇ ਵੀ ਇੰਝ ਜੀ ਆਇਆਂ ਨੂੰ ਆਖਿਆ ਵੀ ਜਿਵੇਂ ਕਿਸੇ ਸੋਹਣੇ ਜਵਾਈ ਨੂੰ ਆਖੀਦਾ। ਮਿੰਟਾਂ ਦੇ ਅੰਦਰ ਹੋਰ ਸਿਹਰੇ ਗਾਨੇ ਬੰਨ ਕੇ ਆਜ਼ਾਦ ਕਰ ਛੱਡਿਆ ਅਤੇ ਨਾਲ ਇਹ ਵੀ ਕਿਹਾ ਵੀ ਸਾਡੇ ਸੋਹਣੇ 'ਤੇ ਕੋਈ ਮੈਲੀ ਨਜ਼ਰ ਨਾ ਪਾਵੇ ਅਤੇ ਨਾ ਕੋਈ ਉਹਨੂੰ ਫੜਨ ਦਾ ਸੋਚੇ। ਖਾਨ ਪਹਿਲਾ ਵਜ਼ੀਰ ਆਜ਼ਮ ਨਹੀਂ ਜਿਹਨੂੰ ਫੌਜ ਨੇ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਇੱਕ ਵਜ਼ੀਰ ਆਜ਼ਮ ਜ਼ੁਲਫਕਾਰ ਅਲੀ ਭੁੱਟੋ ਵੀ ਹੁੰਦਾ ਸੀ, ਉਹਨੂੰ ਵੀ ਜੇਲ੍ਹ ਪਾਇਆ, ਉਹਨੇ ਵੀ ਖਤਰਨਾਕ ਹੋਣ ਦੀ ਧਮਕੀ ਦਿੱਤੀ, ਜੇਲ੍ਹ ਨੂੰ ਬੈਠ ਕੇ ਕਿਤਾਬ ਲਿਖ ਛੱਡੀ ਕਿ ਇਫ ਆਈ ਐਮ ਅਸੈਸੀਨੇਟਿਡ। ਅੱਗਾਂ ਉਦੋਂ ਵੀ ਲੱਗੀਆਂ, ਕੁਛ ਜਿਆਲਿਆਂ ਨੇ ਭੁੱਟੋ ਦੀ ਜਾਨ ਬਚਾਉਣ ਲਈ ਆਪਣੇ ਆਪ ਨੂੰ ਅੱਗ ਲਾ ਕੇ ਸ਼ਹਾਦਤ ਪਾਈ, ਲੇਕਿਨ ਭੁੱਟੋ ਫਿਰ ਵੀ ਫਾਇ ਲੱਗਾ। ਫੌਜ ਰਾਤੋ ਰਾਤ ਦਫਨਾ ਕੇ ਵਰਗੀਆਂ ਝਾੜ ਕੇ ਰਾਜ ਕਰਨ ਲੱਗ ਪਈ। ਖਾਨ ਕੋਈ ਡੇਢ ਦਿਨ ਹਵਾਲਾਤ 'ਚ ਰਿਹਾ ਹੋਏਗਾ। ਉਹਦੇ ਪਿਆਰਿਆਂ ਨੇ ਤਖ਼ਤ ਲਾਹੌਰ ਦੇ ਅਸਲੀ ਵਾਰਸ ਯਾਨੀ ਫੌਜ ਦੇ ਕੋਰ ਕਮਾਂਡਰ ਦੇ ਘਰ ਵੜ ਕੇ ਇੰਝ ਅੱਗਾਂ ਲਾਈਆਂ ਜਿਵੇਂ ਅਸੀਂ ਟੀ ਵੀ 'ਤੇ ਦੂਸਰੇ ਮੁਲਕਾਂ 'ਚ ਇਨਕਲਾਬ ਆਉਂਦਿਆਂ ਲੱਗਦੀਆਂ ਵੇਖੀਆਂ ਨੇ, ਅਤੇ ਨਾਲ ਕੋਰ ਕਮਾਂਡਰ ਦਾ ਮੋਰ ਵੀ ਲੈ ਗਏ। ਅਤੇ ਅੱਗਾਂ ਉਹਨਾਂ ਲਾਹੌਰੀਆਂ ਨੇ ਲਾਈਆਂ ਜਿਨ੍ਹਾਂ ਦੇ ਬਾਰੇ 'ਚ ਲੋਕ ਕਹਿੰਦੇ ਸਨ ਵੀ ਇਹ ਦੂਰੋਂ ਫੌਜੀ ਬੂਟ ਆਉਂਦਾ ਵੀ ਵੇਖਦੇ ਨੇ ਅਤੇ ਆਪਸ 'ਚ ਲੜ ਪੈਂਦੇ ਨੇ, ਪਹਿਲੇ ਪਾਲਿਸ਼ ਕਿੰਨੇ ਕਰਨੀ। ਇੰਡੀਆ ਪਾਕਿਸਤਾਨ ਜਦੋਂ ਜੰਗ ਦੇ ਮੂਡ 'ਚ ਹੁੰਦੇ ਨੇ ਅਤੇ ਇੱਕ ਦੂਸਰੇ ਨੂੰ ਧਮਕੀਆਂ ਲਾਉਂਦੇ ਨੇ ਕਿ ਮੈਂ ਘਰ ਮੈਂ ਘੁਸ ਕੇ ਮਾਰੂੰਗਾ, ਖਾਨ ਸਾਹਿਬ ਨੇ ਵਿਖਾਤਾ ਹੈ ਵੀ ਘਰ 'ਚ ਵੜੀਦਾ ਕਿਵੇਂ ਹੈ ਅਤੇ ਘਰ ਨੂੰ ਸਾੜ ਕੇ ਸਵਾਹ ਕਿਵੇਂ ਕਰੀਦਾ। ਅਤੇ ਹੁਣ ਖਾਨ ਬਾਹਰ ਆ ਗਿਆ ਅਤੇ ਉਂਗਲੀ ਹਿਲਾ ਕੇ ਫੌਜ ਦੇ ਸਰਬਰਾਹ ਨੂੰ ਕਹਿੰਦਾ ਵੀ ਤੁਸੀਂ ਉਦੋਂ ਜੰਮੇ ਵੀ ਨਹੀਂ ਸੋ ਜਦੋਂ ਦਾ ਮੈਂ ਇਸ ਮੁਲਕ ਦਾ ਸ਼ਹਿਜ਼ਾਦਾ। ਇਹ ਗੱਲ ਉਹਦੀ ਸਹੀ ਹੈ, ਖਾਨ ਹੈ ਸ਼ਹਿਜ਼ਾਦਾ ਅਤੇ ਸ਼ਹਿਜ਼ਾਦੇ ਤਾਂ ਰਾਜ ਕਰਨ ਲਈ ਪੈਦਾ ਹੁੰਦੇ ਨੇ, ਅਤੇ ਅਗਰ ਰਾਜ ਦੇ ਰਸਤੇ ਵਿੱਚ ਉਹਨਾਂ ਦਾ ਪਿਓ ਯਾਨੀ ਕਿ ਬਾਦਸ਼ਾਹ ਵੀ ਆ ਜਾਵੇ ਤਾਂ ਕਦੀ ਕਦੀ ਉਹਨੂੰ ਵੀ ਕੋਹ ਚੜ ਜਾਵੇ। ਮੈਨੂੰ ਤਾਂ ਹਾਸਾ ਖਾਨ ਦੇ ਸਿਆਸੀ ਦੁਸ਼ਮਣਾਂ 'ਤੇ ਆਉਂਦਾ ਕਿਉਂਕਿ ਉਹ ਜਿਹੜਾ ਇਲਜ਼ਾਮ ਵੀ ਖਾਨ 'ਤੇ ਲਾਉਂਦੇ ਨੇ ਉਹ ਪੁੱਠਾ ਪੈ ਜਾਂਦਾ। ਚੋਰੀ ਚਕਾਰੀ ਦਾ ਇਲਜ਼ਾਮ ਤਾਂ ਖਾਨ 'ਤੇ ਲੱਗ ਹੀ ਨਹੀਂ ਸਕਦਾ ਕਿਉਂਕਿ ਖਾਨ ਕਹਿੰਦਾ ਹੈ ਮੈਂ ਸਿਆਸਤ 'ਚ ਆਇਆ ਹੀ ਇਸ ਲਈ ਹਾਂ ਵੀ ਚੋਰਾਂ ਅਤੇ ਡਾਕੂਆਂ ਦਾ ਮੱਕੂ ਠੱਪਾਂਗਾ। ਉਸ ਤੋਂ ਇਲਾਵਾ ਘਟੀਆ ਇਲਜ਼ਾਮ ਵੀ ਲਾਉਂਦੇ ਨੇ ਵੀ ਇਹਨੇ ਵਿਆਹ ਤੋਂ ਬਗੈਰ ਹੀ ਇੱਕ ਕੁੜੀ ਪੈਦਾ ਕੀਤੀ ਹੋਈ ਹੈ। ਉਹਦੇ ਜਿਆਲੇ ਕਹਿੰਦੇ ਨੇ ਵੀ ਵੇਖੋ ਸਾਡੇ ਖਾਨ ਨੂੰ ਤਾਂ ਗੋਰੀਆਂ ਵੀ ਪਿਆਰ ਕਰਦੀਆਂ ਨੇ, ਅਸੀਂ ਕਿਉਂ ਨਾ ਕਰੀਏ। ਖਾਨ ਦੀਆਂ ਕਿੰਨੀਆਂ ਹੀ ਆਡੀਓ ਲੀਕਾਂ ਕੱਢ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵੇਖੋ ਤੁਹਾਡਾ ਖਾਨ ਕੁੜੀਆਂ ਨਾਲ ਗੰਦੀਆਂ ਗੰਦੀਆਂ ਗੱਲਾਂ ਕਰਦਾ। ਅੱਗੋਂ ਜਵਾਬ ਹੁੰਦਾ ਵੀ ਇਸ ਉਮਰ 'ਚ ਐਡਾ ਫਿੱਟ ਬੰਦਾ ਵੇਖਿਆ ਜੇ, ਅਤੇ ਅੱਗੋਂ ਕੁੜੀਆਂ ਵੀ ਤਾਂ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ, ਹੋ ਸਕਦਾ ਇੱਕ ਦਿਨ ਸਾਡੇ ਨਾਲ ਵੀ ਕਰੇ। ਫਿਰ ਇਲਜ਼ਾਮ ਇਹ ਲਾਉਂਦੇ ਨੇ ਵੀ ਇਮਰਾਨ ਖਾਨ ਨਸ਼ਾ ਕਰਦਾ।
ਅੱਗੋਂ ਬੜਾ ਹੀ ਪਿਆਰਾ ਜਵਾਬ ਆਉਂਦਾ ਹੈ ਕਿ ਸਾਨੂੰ ਨਹੀਂ ਪਤਾ ਕਿ ਉਹ ਨਸ਼ਾ ਕਰਦਾ ਕਿ ਨਹੀਂ ਕਰਦਾ, ਲੇਕਿਨ ਇਮਰਾਨ ਖਾਨ ਆਪ ਇੱਕ ਨਸ਼ਾ ਹੈ, ਇਹ ਛੁਡਾ ਕੇ ਵਿਖਾਓ। ਕੋਈ 400 ਵਰੇ ਪਹਿਲੇ ਤਖ਼ਤ ਲਾਹੌਰ ਵਿੱਚ ਇੱਕ ਹੋਰ ਬਾਗੀ ਮੁੰਡਾ ਹੁੰਦਾ ਸੀ, ਮਾਧੂ ਲਾਲ ਹੁਸੈਨ, ਜਿਹਨੂੰ ਅਸੀਂ ਸ਼ਾਹ ਹੁਸੈਨ ਕਹਿੰਦੇ ਹਾਂ। ਉਹਨੇ ਕਿਹਾ ਸੀ ਬਈ ਤਖ਼ਤ ਨਾ ਮਿਲਦੇ ਮੰਗੇ, ਅਤੇ ਇਮਰਾਨ ਖਾਨ ਹੁਣ ਤਖ਼ਤ ਮੰਗਦਾ ਨਹੀਂ, ਉਹ ਕਹਿੰਦਾ ਇਹ ਤਖ਼ਤ ਹੈ ਹੀ ਮੇਰਾ, ਜਿਹੜਾ ਮੇਰੇ ਰਾਹ 'ਚ ਆਏਗਾ ਉਹਨੂੰ ਸਾੜ ਕੇ ਸਵਾਹ ਕਰ ਦਿਆਂਗਾ। ਅੱਲਾ ਪਾਕਿਸਤਾਨ ਦੇ ਕੋਰ ਕਮਾਂਡਰਾਂ ਅਤੇ ਉਹਨਾਂ ਦੇ ਮੋਹਰਾਂ ਨੂੰ ਖਾਨ ਦੇ ਕਹਿਰ ਤੋਂ ਮਹਿਫੂਜ਼ ਰੱਖੇ।